ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਰੇ ਪੈਸੇ ਵੀਡੀਓ ਪਹੁੰਚਾਇਓ, ਤੁਹਾਨੂੰ ਦਿਖਾਉਣਾ ਭਾਈ ਜੀ ਇਹ ਮਹਾਰਾਣੀ ਕੌਣ ਆ, ਮੋਦੀ ਜੀ ਹਿੰਦੂ ਖਤਰੇ ਮੇਂ ਹੈ। ਹਾਂਜੀ ਸਹੀ ਸੁਣਿਆ ਤੁਸੀਂ, ਆਪਣੇ ਹਿੰਦੂ ਭਾਈਚਾਰੇ ਨੂੰ ਸਦਾਈ ਕਰਕੇ ਇਹ ਕੀ ਕਰੀ ਜਾਂਦੀ ਹੈ ਬਾਈ ਜੀ, ਤੁਸੀਂ ਨਹੀਂ ਪਛਾਣੇ ਹੋਣੇ। ਮੈਂ ਦੱਸਦਾ, ਇਹ ਆ ਜੀ ਨੈਨਸੀ ਦੀ ਭੈਣ। ਹਾਂਜੀ ਸਹੀ ਸੁਣਿਆ ਤੁਸੀਂ, ਜਿਹੜੀ ਕਿ ਹਿੰਦੂ ਧਰਮ ਦੀ ਠੇਕੇਦਾਰ ਖੁਦ ਨੂੰ ਕਹਿੰਦੀ ਆ, ਤੇ ਉਹਦੀ ਆਪਣੀ ਭੈਣ ਮੁਸਲਮਾਨ ਹੋ ਗਈ ਆ। ਸਾਰਾ ਇਹਨਾਂ ਦਾ ਲੈ ਗਿਆ ਪੋਤੜੇ ਪੰਗਾ, ਤੂੰ ਸਹੀ ਥਾਂ ਨਹੀਂ ਲਿਆ ਨੈਨਸੀ ਇਹ ਤੇਰੀਆਂ। ਮੈਂ ਤੈਨੂੰ ਕੀ ਕਹਾਂ, ਇੰਦਰਜੀਤ ਸਿੰਘ ਪਿੰਡ ਨਰੂੜ ਵਾਲਾ ਇਹ, ਦੇਖੀ ਤੇਰੀ ਰੇਲ ਮੈਂ ਕਰਦਾ। ਇਹ ਆ ਜੀ ਨੈਨਸੀ ਦੀ ਭੈਣ, ਜਿਹੜੀ ਕਿ ਆ ਮੁਸਲਮਾਨਣੀ। ਹਾਂਜੀ ਸਹੀ ਸੁਣਿਆ ਤੁਸੀਂ, ਧਰਮ ਕੋਈ ਨੀ ਮਾੜਾ, ਆਪਾਂ ਕਿਸੇ ਧਰਮ ਨੂੰ ਨੀ ਮਾੜਾ ਕਹਿੰਦੇ। ਮਾੜੀ ਗੱਲ ਇਹ ਆ, ਨੈਨਸੀ ਹਿੰਦੂ ਧਰਮ ਚ ਜੰਮ ਪਲ ਕੇ ਹਿੰਦੂ ਧਰਮ ਦੀ ਗਾਥਾ ਗਾ ਗਾ ਕੇ 100 ਤੋਂ ਵੱਧ ਗਾਣੇ ਹਿੰਦੂ ਧਰਮ ਦੀ ਨੇ ਬੱਲੇ ਬੱਲੇ ਲਈ ਗਾਇਆ, ਤੇ ਆਪਣੀ ਭੈਣ ਤੇਰੀ ਮੁਸਲਮਾਨ ਲੈ ਗਏ। ਅਜੇ ਵੀ ਤੂੰ ਕਹਿੰਦੀ ਆਪਾਂ ਏਦਾਂ ਆਪਾਂ ਓਦਾਂ। ਇਹ ਆ ਜੀ ਨੈਨਸੀ ਦੀ ਭੈਣ, ਸਾਰੇ ਪਾਸੇ ਸ਼ੇਅਰ ਕਰੋ, ਤੁਹਾਨੂੰ ਦਿਖਾਉਣਾ ਇਹ ਸਾਰੇ ਪਰਿਵਾਰ ਦੀਆਂ ਕਰਤੂਤਾਂ। ਹਾਂਜੀ ਇਹ ਸਾਰਾ ਪਰਿਵਾਰ ਲੋਕਾਂ ਨੂੰ ਸਦਾਈ ਨੀ ਹੋਇਆ ਕੀਤਾ, ਸਪੈਸ਼ਲੀ ਹਿੰਦੂ ਭਾਈਚਾਰੇ ਨੂੰ ਇਹ ਸਦਾਈ ਕਰ ਰਹੀ ਆ। ਆਹ ਲਓ ਜੀ ਆਪ ਨੈਨਸੀ। ਯਾਰ ਪਹਿਲਾਂ ਇਹ ਦੱਸੋ, ਆ ਮਾੜੀ ਗੱਲ ਨੀ ਓਮ ਕਿੰਨਾ? ਹਾਂਜੀ ਇਹ ਦੇਖ ਸਕਦੇ ਕੌਣ ਆ ਜੀ, ਇਹ ਨੈਨਸੀ ਆ। ਇਹਨੇ ਘੱਟੋ ਘੱਟ 100, ਹਾਂਜੀ 100 ਇਹਨੇ ਧਾਰਮਿਕ ਹਿੰਦੂ ਭਾਈਚਾਰੇ ਦੇ ਗੁਰੂਆਂ ਪੀਰੀਆਂ ਲਈ ਗਾਏ ਆ। ਹਾਂਜੀ 100 ਆ ਦੇਖ ਸਕਦੇ, ਕੱਪੜੇ ਵੀ ਉਹੀ ਪਾਉਂਦੀ ਹੁੰਦੀ ਸੀ, ਇਹ ਨੈਨਸੀ ਆ ਜੀ। ਸਾਰੇ ਹੀ ਪਾਪੜ ਵੇਲੇ ਨੇ, ਜੰਮਦੀ ਆਰਕੈਸਟਰਾ ਹੋਈ, ਫੇਰ ਭੰਗੜੇ ਵਾਲਿਆਂ ਨਾਲ, ਫੇਰ ਗਾਉਣ ਵਾਲ ਹੋਈ, ਫੇਰ ਸਮਾਜ ਸੇਵਕਾ ਵੀ ਹੋਈ, ਖੁਆਰਾਂ ਚ ਲਿਖਾ ਲਿਖਾ ਕੇ ਵੀ ਭਾਈ ਜੀ ਸਮਾਜ ਸੇਵਕਾ ਨੈਨਸੀ ਗਰੇਵਾਲ, ਉਹ ਵੀ ਸਾਰੀਆਂ ਫੋਟੋਆਂ ਲਿਆਇਆ ਆ। ਸਮਝੇ ਨਾ ਮੈਂ ਕਹਿਣਾ ਕੀ ਚਾਹੁੰਦਾ, ਭਈ ਗੱਲ ਸੱਚੀ ਆ, ਮੋਦੀ ਜੀ ਦੀ ਹਿੰਦੂ ਖਤਰੇ ਮੇਂ ਹੈ, ਜਿਹੜੀ ਹਿੰਦੂ ਧਰਮ ਦੀ ਠੇਕੇਦਾਰਨੀ ਆ ਨੈਨਸੀ, ਉਹਦੀ ਆਪਣੀ ਭੈਣ ਤਾਂ ਸਾਂਭੀ ਨੀ ਗਈ ਯਾਰ। 130-140 ਕਰੋੜ ਹਿੰਦੂ ਭਾਈਚਾਰਾ ਇੰਡੀਆ ਚ, ਉਹਨੂੰ ਹਿੰਦੂ ਮੁੰਡਾ ਹੀ ਨੀ ਲੱਭਿਆ, ਕੋਈ ਮੁਸਲਮਾਨ ਹੀ ਲੱਭਿਆ ਉਹਨੂੰ, ਤੇ ਨਾਂ ਵੀ ਉਹਨੇ ਚੇਂਜ ਕਰ ਲਿਆ, ਨਾਂ ਸੀਗਾ ਉਹਦਾ ਅਲੀਸ਼ਾ, ਨਾਂ ਕਰ ਲਿਆ ਫਿਰੋਜ਼ ਖਾਨ। ਫਿਰੋਜ਼ ਖਾਨ ਨਾਲ ਵਿਆਹੀ ਆ, ਉਹ ਵੀ ਦਿਖਾਉਣਾ। ਸੋ ਸਾਰਿਆਂ ਤੱਕ ਪਹੁੰਚਾਇਓ ਸੁੱਚਾ, ਸਾਰੇ ਚੈਨਲ ਵਾਲੇ ਮੇਰੀ ਵੀਡੀਓ ਚੱਕ ਕੇ ਪਾਓ। ਮੁੱਦਾ ਕੀ ਆ, ਇਹਨੇ ਗੱਲ ਵੀਡੀਓ ਪਾਈ ਪਈ, ਮੈਂ ਹਿੰਦੀ ਨੂੰ ਪੁਲਿਸ ਕੋ ਚੁਕਾਊ, ਮੇਰੇ ਕੋਲ ਜਾ ਜੋ ਕਰਨਾ ਕਰ ਲਾ, ਹਰਾਸਮੈਂਟ ਦੇ ਡਰਾਵੇ ਕਿਸੇ ਹੋਰ ਨੂੰ ਦਈ, ਮੈਂ ਵੀ ਕੈਨੇਡਾ ਚ ਰਹਿੰਦਾ, ਮੈਨੂੰ ਸਾਰਾ ਪਤਾ, ਤੇਰੇ ਵਰਗੀਆਂ ਚਪਲਾਂ ਦੀ ਪੁਲਿਸ ਨਹੀਂ ਸੁਣਦੀ, ਸੁਣ ਵੀ ਲਵੇ ਮੈਂ ਵੀ ਦੱਸ ਦੂ। ਮੈਂ ਤਾਂ ਤੇਰੇ ਨਾਲ ਕਹਿੰਦਾ ਤੂੰ ਪਰਿਵਾਰ ਤੱਕ ਜਾਨੀ ਆ, ਮੈਂ ਤੇਰੇ ਪਰਿਵਾਰ ਨੂੰ ਮਾੜਾ ਚੰਗਾ ਨਹੀਂ ਕਿਹਾ, ਠੀਕ ਆ। ਆ ਤੇਰੀ ਮੰਮੀ ਪੋਟ ਕੀ ਕਹਿੰਦੇ ਹੁੰਦੇ ਆ, ਆ ਜਿਹੜੀਆਂ ਛੋਟੀਆਂ ਛੋਟੀਆਂ ਕੁੜੀਆਂ ਮੂੰਹ ਜਿਹਾ ਵਿੱਚ ਨੂੰ ਕਰਕੇ ਕਰਦੀਆਂ ਹੁੰਦੀਆਂ, ਮੈਂ ਤੇਰੀ ਮਾਤਾ ਦੀ ਅਜੇ ਵੀ ਰਿਸਪੈਕਟ ਕਰਦਾ, ਠੀਕ ਆ ਨਾ। ਆ ਦੇਖ ਲਾ, ਆ ਛੋਟੀਆਂ ਕੁੜੀਆਂ ਫੋਟੋਆਂ ਨੀ ਖਿਚਾਉਂਦੀਆਂ ਹੁੰਦੀਆਂ, ਕੀ ਇਹਨੂੰ ਪੋਟ ਕਹਿੰਦੇ ਆ, ਦੇਖ ਲਾ। ਆ ਮਾਤਾ ਤੇਰੀ ਇਹ ਕੰਮ ਕਰਦੀ, ਪਰ ਅਜੇ ਵੀ ਇਹਨੂੰ ਆਪਾਂ ਮਾੜਾ ਨੀ ਕਹਿੰਦੇ, ਠੀਕ ਆ। ਇਹਦੀ ਵਿਚਾਰੀ ਦੀ ਕੀ ਆ, ਧੀਆਂ ਜੰਮੀਆਂ ਦੋ ਇਨਕਮੀਆਂ ਹੈਂ, ਤੇ ਇੱਕ ਤੇਰੇ ਵਰਗੀ ਹਿੰਦੂ ਭਾਈਚਾਰੇ ਦੀ ਗਾਥਾ ਗਾ ਗਾ ਕੇ। ਹਾਂਜੀ ਉਹਨਾਂ ਦੇ ਤੂੰ ਹੁਣ ਜਿੰਨੇ ਵੀ ਤੁਸੀਂ ਦੇਖਿਓ, ਜਿਹੜੇ ਨੈਨਸੀ ਦਾ ਪੱਖ ਪੂਰਦੇ, ਸਾਰੀਆਂ ਮੋਦੀ ਦੀਆਂ ਭੇਡਾਂ ਹੀ ਆ। ਹੁਣ ਭੇਡਾਂ ਦੇ ਦਿਲ ਤੇ ਕੀ ਬੀਤੇਗੀ ਵੀ ਨੈਨਸੀ ਸਾਡੇ ਧਰਮ ਦੀ ਠੇਕੇਦਾਰ ਨੀ ਆ, ਆਪਣੀ ਦਾ ਇਹ ਤੋਂ ਭੈਣ ਸਾਂਭੀ ਨੀ ਗਈ ਆਹ ਵਾਲੀ, ਆਪਣੀ ਦਾ ਭੈਣ ਇਹਦੀ ਉਹੀ ਲਵ ਜਿਹਾਦ ਜਿਹਨੂੰ ਕਹਿੰਦੇ ਆ, ਵੀ ਮੁਸਲਮਾਨ ਨਾਲ ਵਿਆਹ ਕਰਾਂਗੇ ਮੁਸਲਿਮ ਹੋ ਗਈ ਹੈਂ। ਸੋ ਜਿਹਨੂੰ ਤੁਸੀਂ ਆਪਣੀ ਮਾਸੀ ਸਮਝਦੇ ਆ, ਠੇਕੇਦਾਰ ਨੀ ਆਪਣੇ ਧਰਮ ਦੀ, ਉਹ ਤੋਂ ਆਪਣੀ ਦਾ ਭੈਣ ਸਾਂਭੀ ਨੀ ਗਈ ਹੈਂ। ਆ ਤੁਹਾਨੂੰ ਦਿਖਾਉਣਾ ਸਾਰੀਆਂ ਤਸਵੀਰਾਂ ਦਿਖਾਉਣਾ, ਆ ਲਓ ਆ ਨੈਨਸੀ ਦੇ ਮਾਤਾ ਜੀ ਆ ਨਾ, ਆ ਦੇਖ ਲਓ ਆਇਆ ਜੀ ਮੁੰਡਾ ਫਿਰੋਜ਼ ਖਾਨ। ਸੋ ਇਹ ਨਾਲ ਦੌੜ ਗਈ ਸੀ, ਭੱਜ ਗਈ ਸੀ, ਜੋ ਵੀ ਹੋ ਗਿਆ ਸੀ, ਵਿਆਹੀ ਗਈ ਸੀਗੀ। ਸੋ ਨੈਨਸੀ ਅਸੀਂ ਏਦਾਂ, ਅਸੀਂ ਓਦਾਂ, ਅਸੀਂ ਏਦਾਂ। ਸੋ ਮੁੱਦਾ ਕੀ ਆ, ਮੇਰਾ ਮੁੱਦਾ ਇਹੀ ਆ, ਨੈਨਸੀ ਜੀ, ਨੈਨਸੀ ਦੇ ਮਾਤਾ ਜੀ, ਸਾਰਿਆਂ ਨੂੰ ਬੇਨਤੀ ਹੈ, ਤੁਸੀਂ ਆਪਣੇ ਧਰਮ ਚ ਜੰਮੇ ਪਲੇ, ਜਿਹੜੇ ਚ ਮਰਜ਼ੀ ਤੁਸੀਂ ਹਿੰਦੂ ਧਰਮ ਦੀ ਬੱਲੇ ਬੱਲੇ ਕਰੋ, ਮੁਸਲਿਮ ਦੀ ਬੱਲੇ ਬੱਲੇ ਕਰੋ, ਸਿੱਖਾਂ ਨੂੰ ਨਾ ਮਾੜਾ ਕਹੋ। ਤੁਸੀਂ ਕਦੀ ਨਿਹੰਗਾਂ ਨੂੰ ਮਾੜਾ ਕਹਿੰਦੇ, ਕਦੀ ਸਿੱਖਾਂ ਦੇ ਰੀਤੀ, ਸਾਰੇ ਧਰਮਾਂ ਚ ਮਾੜਾ ਮੋਟਾ ਹੈਗਾ ਆ, ਬਾਕੀਆਂ ਨੂੰ ਕਾਹਦੇ ਨੀ ਕਹਿੰਦੇ ਇਹ।
ਹੁਣ ਦੱਸੋ ਇਹਨਾਂ ਦੀ ਇੱਕ ਧੀ ਮੁਸਲਮਾਨਾਂ ਚ ਉਹ ਆ, ਆਪ ਇਹ ਹਿੰਦੂ ਆ, ਆਪਣੇ ਧਰਮਾਂ ਨੂੰ ਨੀ ਉਹ ਕਹਿੰਦੇ, ਆਪਣੇ ਧਰਮਾਂ ਦੀ ਤੁਸੀਂ ਬੱਲੇ ਬੱਲੇ ਗਾਉਂਦੇ ਆ, ਗਾਥਾ ਗਾਉਂਦੇ ਆ, ਸਾਡਾ ਧਰਮ ਏਦਾਂ ਹੋਊਗਾ ਯਾਰ? ਠੀਕ ਆ ਜੀ, ਸਦਕੇ ਹੋਊ, ਆਪਾਂ ਸਾਰੇ ਧਰਮਾਂ ਨੂੰ ਚੰਗਾ ਕਹਿੰਦੇ, ਹੋਊਗਾ। ਇਹਨੇ ਸਿੱਖਾਂ ਦੀ ਬੱਲੇ ਬੱਲੇ ਲਈ, ਧਾਰਮਿਕ ਸਿੱਖਾਂ ਦੇ ਲਈ ਕਿਉਂ ਨਹੀਂ ਗਾਇਆ, ਹਿੰਦੂ ਧਰਮ ਲਈ ਹੀ ਕਿਉਂ ਗਾਇਆ? ਸੋ ਕਿਉਂਕਿ ਹੈਗੀ ਬਾਈ ਜੀ, ਮੈਂ ਤਾਂ ਪਹਿਲੇ ਦਿਨੋਂ ਹੀ ਦੱਸਿਆ, ਗਰੇਵਾਲ ਉੱਦੀ ਲਿਖਾਈ ਫਿਰਦੀ ਆ, ਤੁਸੀਂ ਆਪ ਦੇਖ ਲਓ। ਇਹਦਾ ਚੈਨਲ ਹੈ ਨੈਨਸੀ ਗਰੇਵਾਲ ਇੰਡੀਆ, ਉੱਤੇ ਦੇਖਿਓ 100 ਤੋਂ ਵੱਧ ਹਿੰਦੂ ਧਰਮ ਦੇ ਨੇ ਉਹ ਗਾਇਓ ਆ, ਸਿੱਖਾਂ ਦੇ ਨਹੀਂ ਗਾਤੇ, ਮੁਸਲਮਾਨਾਂ ਦੇ ਨਹੀਂ ਗਾਤੇ। ਹਾਂਜੀ, ਸੋ ਉਹੀ ਗੱਲ ਹੈ, ਜਿਹੜੇ ਇਹਦਾ ਪੱਖ ਪੂਰਦੇ ਆ ਭੇਡੋ, ਭੈਣ ਤਾਂ ਇਹ ਤੋਂ ਆਪਣੀ ਸਾਂਭੀ ਨੀ ਗੀ, ਤੁਹਾਡੇ ਧਰਮ ਦੀ ਨੇ ਸਵਾਹ ਰੱਖਿਆ ਕਰਨੀ ਹੈ, ਜਿਹੜੀਆਂ ਮੋਦੀ ਦੀਆਂ ਭੇਡਾਂ ਇਹਦੀ ਕਰਦੀਆਂ। ਹੈਂ, ਕਿੰਨੀ ਸੋਹਣੀ ਕੁੜੀ ਸੀ ਯਾਰ, ਹੈਂ, ਦੇਖ ਲਓ, ਆਹ ਦੇਖੋ, ਆਹ ਆ ਇਹਨਾਂ ਦਾ, ਆਹ ਦੇਖੋ ਉਹਨੇ ਕੀ ਦਿਖਾ ਰਹੀ ਆ, ਇਹ ਭੈਣ ਆ ਨੈਨਸੀ ਦੀ, ਦੇਖ ਲਓ, ਹੈਂ, ਆਹ ਦੇ। ਉਹੀ ਗੱਲ ਹੈ, ਜਿਹਨਾਂ ਵਿਆਹ ਕਰਾਇਆ ਉਹ ਕਾਹਦੇ ਨੀ ਤੇਰੇ ਧਰਮ ਚ ਆਇਆ, ਤੂੰ ਕਾਹਦੇ ਮੁਸਲਿਮ ਹੋਈ? ਆਪਾਂ ਮੁਸਲਮਾਨਾਂ ਨੂੰ ਵੀ ਨੀ ਮਾੜਾ ਕਹਿ ਰਹੇ, ਮਾੜਾ ਆਪਾਂ ਕਿਸੇ ਨੂੰ ਨੀ ਕਹਿੰਦੇ, ਠੀਕ ਆ, ਆਹ ਦੇ। ਸੋ ਇਹ ਆ ਜੀ, ਅਲੀਸ਼ਾ ਨਾਂ ਰੱਖਿਆ ਸੀ, ਅਲੀਸ਼ਾ ਖਾਨ ਹੋ ਗਈ ਨੈਨਸੀ, ਜਿਹੜੀ ਕਿ ਧਰਮ ਕਿਸੇ ਇੱਕ ਧਰਮ ਦੀ ਠੇਕੇਦਾਰ ਆ, ਉਹਦੀ ਆਪਣੀ ਭੈਣ ਤਾਂ ਸਾਂਭੀ ਨੀ ਗਈ, ਹੋਰ ਧਰਮ ਕਿੱਦਾਂ ਸਾਂਭੂਗੀ? ਸੋ ਮੁੱਖ ਦੀ ਗੱਲ ਇਹ ਆ ਬਾਈ ਜੀ, ਇਸ ਵੀਡੀਓ 'ਚ ਮੈਂ ਕਹਿਣਾ ਕੀ ਚਾਹੁੰਦਾ ਆ, ਕਹਿਣਾ ਇਹੀ ਚਾਹੁੰਦਾ ਆ ਭਾਈ ਨੈਨਸੀ ਜੀ, ਸਦਕੇ ਤੂੰ ਹਿੰਦੂ ਧਰਮ ਦੀ ਬੱਲੇ ਬੱਲੇ ਕਰ, ਮੁਸਲਿਮ ਦੀ ਬੱਲੇ ਬੱਲੇ ਕਰ, ਸਿੱਖਾਂ ਨੂੰ ਮਾੜਾ ਨਾ ਕਹਿ, ਧਮਕੀਆਂ ਦਿੰਨੀ ਆ ਵੀ ਤੈਨੂੰ ਮੈਂ ਪੁਲਿਸ ਕੋਲ ਚੁਕਾਊਂਗੀ, ਜਿੱਥੇ ਮਰਜ਼ੀ ਚੱਲ ਜਾ, ਤੇਰੀ ਮੈਂ ਇੱਦਾਂ ਹੀ ਕਰਾ ਕੇ ਰੱਖਣੀ ਆ। ਸੋ ਸਾਰਿਆਂ ਨੂੰ ਹੁਣ ਬੇਨਤੀ ਆ, ਸਾਰੇ ਗਰੁੱਪਾਂ 'ਚ, ਸਾਰੇ ਖਾਤਿਆਂ ਵਾਲੇ, ਚੱਕ ਕੇ ਵੀਡੀਓ ਜਿੱਥੇ ਮਰਜ਼ੀ ਪਾ ਦਿਓ, ਇਹਨਾਂ ਦੇ ਭੇਤ ਸਾਰੇ ਹੀ ਖੋਲ ਕੇ ਲਿਆਊ। ਇੱਕੋ ਹੀ ਗੱਲ ਹੁੰਦੀ ਸੀ ਵੀ ਇਹਦੀ ਮੰਮੀ ਸਰਪੰਚ ਤੇ ਭਈਆ, ਬਸ ਇਹਨੇ ਇਹ ਗੱਲਾਂ ਪਹਿਲਾਂ ਵੀ ਹੋਰਾਂ ਨੂੰ ਵੀ ਕਹੀਆਂ ਆ, ਜਿਹੜੇ ਹੋਰ ਵੀ ਇਹਦੇ ਖਿਲਾਫ ਵੀਡੀਓ ਲਈ ਆਏ ਸੀ, ਉਹ ਚੁੱਪ ਕਰ ਗਏ ਸੀ ਵੀ ਯਾਰ ਕਾਹਨੂੰ ਹੈ, ਇਹ ਚਾਮਲ ਗਈ ਵੀ ਕੋਈ ਇਹਨੂੰ ਲਾਈਕ ਕੋਈ ਮਿਲਣਾ ਹੀ ਨੀ ਇਹਨੂੰ, ਏਦਾਂ ਦਾ ਜਿਹੜਾ ਬਈ ਦੀ ਮੈਂ ਕਰਾ ਦੂਗਾ। ਹੈਂ, ਇਹ ਵੀ ਦਿਖਾਊ ਤੈਨੂੰ, ਇੱਕ ਰੋਮੀ ਬਾਈ ਆ ਇਟਲੀ ਤੋਂ, ਇੱਕ ਗੈਵੀ ਧਾਲੀਵਾਲ, ਸਾਰਿਆਂ ਨੂੰ ਇਹੀ ਪਈ ਦੀ ਮੰਮੀ ਸਰਪੰਚ ਨਾਲ, ਇਹਦੀ ਮੰਮੀ ਏਦਾਂ, ਬਸ ਇੱਕੋ ਹੀ ਗੱਲ ਆ, ਠੀਕ ਆ। ਹੁਣ ਮੈਂ ਇਹਦੀ ਮਾਤਾ ਦੀਆਂ, ਮੈਂ ਇੱਕ ਹੋਰ ਵੀ ਸਾਰਾ ਹੀ ਕੁਛ ਇਹਦਾ ਆ ਗਿਆ ਆ ਭਈ, ਇਹ ਦੋ ਭੈਣਾਂ ਸੀ, ਦੋ ਜੰਮੀਆਂ, ਦੋ ਨਕੰਮੀਆਂ, ਦੋਨੇ ਹੀ ਜਦੋਂ ਜੰਮੀਆਂ ਛੋਟੀ ਉਮਰ 'ਚ ਹੀ ਰੋਂਗ ਰਾਹਾਂ ਤੇ ਪੈ ਗਈਆਂ, ਮਸ਼ਹੂਰ ਹੋਣ ਵਾਲਾ ਜਿੱਦਾਂ ਥੋਮਸ ਦੇ ਕੀੜਾ ਸੀ, ਡੋਮਸ ਦਾ ਕੀੜਾ ਕੱਢਿਆ ਨੀ, ਉਹੀ ਤੇਰੇ ਕੀੜਾ ਸੀ, ਆਰਕੈਸਟਰਾ ਹੋਈ, ਭੰਗੜੇ ਵਾਲੀ ਹੋਈ, ਸਮਾਜ ਸੇਵਕਾ ਹੋਈ, ਆਮ ਪਾਰਟੀ 'ਚ ਹੋਈ, ਸਾਰੀਆਂ ਮੇਰੇ ਕੋਲ ਫੋਟੋਆਂ, ਹੌਲੀ ਹੌਲੀ ਦਿਖਾਊ ਸਾਰੀਆਂ, ਅਖਬਾਰਾਂ 'ਚ ਕਲਿੱਪਾਂ ਦਿੱਤੀਆਂ, ਸਮਾਜ ਸੇਵਕਾ ਨੈਨਸੀ ਗਰੇਵਾਲ ਜੀ ਨੇ ਕਿਹਾ, ਹੈਂ, ਠੀਕ ਹੈ ਨਾ। ਫਿਰ ਹੱਥ ਜੋੜ ਕੇ ਬੇਨਤੀ ਆ, 100 ਵਾਰ ਤੂੰ ਹਿੰਦੂ ਧਰਮ ਦੀ ਬੱਲੇ ਬੱਲੇ ਕਰ, ਸਾਨੂੰ ਕੋਈ ਲੈਣਾ ਦੇਣਾ ਨੀ, ਤੂੰ ਸਿੱਖਾਂ ਨੂੰ ਮਾੜਾ ਨਾ ਕਹਿ, ਸੰਤ ਭਿੰਡਰਾਂ ਵਾਲਿਆਂ ਨੂੰ, ਸਿੱਖਾਂ ਨੂੰ, ਨਿਹੰਗਾਂ ਸਿੰਘਾਂ ਨੂੰ, ਹੋਰ ਵੀ ਜੋ ਗੱਲਾਂ ਤੂੰ ਸਿੱਖਾਂ ਬਾਰੇ ਕਿੰਤੂ ਪਰੰਤੂ ਨਾ ਕਰ, ਸਿੱਖ ਧਰਮ ਵਾਲੇ ਆਪ ਹੀ ਦੇਖ ਲਊਗੇ, ਤੂੰ ਆਪਣੇ ਧਰਮ ਦੀ ਰੱਖਿਆ ਕਰ, ਉਹ ਤੇ ਤੋ ਹੋਈ ਨੀ ਗੀ, ਤੇਰੀ ਭੈਣ ਹੋਰ ਮੁਸਲਮਾਨ ਵਿਆਹ ਕੇ ਲੈ ਗਿਆ ਆ, ਤੂੰ ਹੋਰ ਕੀ ਕਰਨਾ। ਸੋ ਮੈਨ, ਚਲੋ ਮੁਸਲਿਮ ਧਰਮ 'ਚ ਵਿਆਹੀ ਮਾੜੀ ਗੱਲ ਨੀ ਗੀ, ਪਰ ਮੇਨ ਗੱਲ ਇਹ ਆ, ਜਿਹੜੇ ਇਹਦੇ ਹੱਕ 'ਚ ਮੇਰੇ ਖਿਲਾਫ ਕਮੈਂਟ ਕਰਦੇ ਮੈਂ ਦੇਖੇ, ਉਹ ਸਾਰੇ ਮੋਦੀ ਦੀਆਂ ਆਈਆਂ। ਸੋ ਦੇਖ ਲਓ ਬਾਈ ਜੀ, ਮੋਦੀ ਸੱਚ ਕਹਿੰਦਾ ਹਿੰਦੂ ਖਤਰੇ ਮੈਂ, ਜਿਹੜੀ ਧਰਮ ਦੀ ਤੁਹਾਡੇ ਦੀ ਠੇਕੇਦਾਰ ਨੀ, ਉਹਦੀ ਭੈਣ ਨੂੰ ਤਾਂ ਕੋਈ ਨਹੀਂ ਦੇਖਾ ਜਾਤਾ, ਹਮਸੇ ਨਹੀਂ ਦੇਖਾ ਜਾਤਾ। ਸੋ ਬੇਨਤੀ ਹੈ ਨੈਨਸੀ ਤੈਨੂੰ, ਤੂੰ ਵੀਡੀਓ ਪਾਈ ਮੇਰੇ ਕੋਲ ਹੈਗੀ ਆ, ਵੀ ਮੇਰਾ ਐਡਰੈਸ ਮੰਗਦਾ, ਮੈਂ ਫਿਰ ਕਹਿੰਦਾ ਇਹਦਾ ਐਡਰੈਸ ਦਿਓ, ਇਹ ਆਪਣੀ ਤੇ ਆਪਣੀ ਕੀ ਕਹਿੰਦੇ ਹੁੰਦੇ ਮਾਸੀ ਤੇ ਚਾਚਿਆਂ ਤਾਇਆਂ ਨਾਲ ਇਹਦਾ ਹੋਇਆ, 7788961 ਮੈਨੂੰ ਵਟਸਐਪ ਕਰੋ, ਇਹਦੇ ਮਾਸੀ ਜਾਂ ਚਾਚਿਆਂ ਤਾਇਆਂ ਚੋਂ ਕੋਈ ਵੀ, ਸਾਰੀ ਮੈਨੂੰ ਪ੍ਰੋਪਰ ਜਾਣਕਾਰੀ ਇਹਦੇ ਬਾਰੇ ਚਾਹੀਦੀ ਆ, ਜਿਹੜੀਆਂ ਮਰਜ਼ੀ ਗਿੱਦੜ ਧਮਕੀਆਂ ਦੇ ਦੇ, ਮੈਂ ਪੁਲਿਸ ਕੋਲ ਜਾਊਂਗੀ, ਹਰਾਸਮੈਂਟ ਔਰਤ ਨੂੰ ਕਰਦਾ ਆ, ਇੱਦਾਂ ਤੈਨੂੰ ਆਹ ਕਰਾ, ਜੋ ਹੁੰਦਾ ਤੇਤੋਂ ਕਰਾ ਲਾ, ਠੀਕ ਹੈ ਨਾ।
ਸੋ ਜੋ ਮੈਂ ਕੁਛ ਪੈਰ ਪੱਟਿਆ ਸੋਚ ਸਮਝ ਕੇ ਪੱਟਿਆ, ਠੀਕ ਆ। ਬਾਕੀ ਰੁਕ ਗਏ ਸੀਗੇ ਵੀ ਭਾਈ ਸਾਡੇ ਪਰਿਵਾਰ ਤੇ ਜਾਂਦੀ ਹੈ ਇੱਦਾਂ ਉੱਦਾਂ, ਤੇਰੀ ਮੈਂ ਐਂ ਕਰਕੇ ਰੱਖੂ। ਬਾਕੀ ਤੁਸੀਂ ਕਮੈਂਟਾਂ ਜੈਸ ਜੈਸ ਲਿਖੋ ਤੁਸੀਂ ਮੇਰੇ ਨਾਲ ਆ। ਇਵੇਂ ਧਮਕੀਆਂ ਦਿੰਦੀ ਵੀ ਪੁਲਿਸ ਕੋ ਚੁਕਾਊ, ਔਰਤ ਨੂੰ ਮਾੜਾ ਕਹਿੰਦਾ, ਇੱਦਾਂ ਕਹਿੰਦਾ, ਉੱਦਾਂ ਕਹਿੰਦਾ। ਪਹਿਲੀ ਗੱਲ ਤੇ ਔਰਤ ਖਾਉਣ ਦੇ ਲਾਇਕ ਹੀ ਨਹੀਂ, ਠੀਕ ਆ। ਹਿੰਦੂ ਭਾਈਚਾਰੇ ਨੂੰ ਵੀ ਬੇਨਤੀ ਆ ਜਿਹੜੇ ਇਹਦੇ ਹੱਕ ਚ ਨੈਂਸੀ ਸ਼ੇਰਨੀ ਨੈਂਸੀ ਦਲੇਰਨੀ ਕਰਦੇ ਆ, ਸੋ ਤੁਹਾਡੀਆਂ ਵੀ ਥੋੜੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਆ ਵੀ ਆਪਣੀ ਭੈਣ ਤਾਈ ਤੋਂ ਸਾਂਭ ਹੀ ਨਹੀਂ ਗਈ, ਤੁਹਾਡੇ ਧਰਮ ਦੀ ਕੀ ਰੱਖਿਆ ਕਰੂਗੀ। ਤੁਹਾਡਾ ਉਹ ਖਿੱਚਦੀ ਆ, ਧਾਰਮਿਕ ਕੱਪੜੇ ਪਾ ਕੇ ਧਾਰਮਿਕ ਇਹਨੇ ਗਾਇਆ ਆ ਬਹੁਤ ਜ਼ਿਆਦਾ ਹਿੰਦੂ ਭਾਈਚਾਰੇ ਲਈ, ਵਧੀਆ ਗੱਲ ਆ, ਠੀਕ ਆ। ਸਿੱਖਾਂ ਨੂੰ ਮਾੜਾ ਨਾ ਕਹਿ, ਮੁੱਕਦੀ ਗੱਲ ਇੱਥੇ ਹੀ ਆ, ਕੋਈ ਰੌਲਾ ਨਹੀਂ ਸਾਡਾ ਇਹਨਾਂ, ਸਿੱਖਾਂ ਨੂੰ ਨਾ ਮਾੜਾ ਕਹਿ, ਬਸ ਗੱਲ ਖਤਮ ਆ। ਸਾਲ ਹੋ ਗਿਆ ਤੈਨੂੰ ਦੇਖਦਿਆਂ ਨੂੰ, ਤੂੰ ਭੌਂਕੀ ਜਾਂਦੀ ਭੌਂਕੀ ਜਾਂਦੀ ਕੁੱਤੇ ਵਾਂਗੂ, ਠੀਕ ਆ। ਸਿੱਖਾਂ ਨੂੰ ਨਾ ਮਾੜਾ ਕਹਿ, ਮੁੱਕਦੀ ਗੱਲ ਇਹ ਆ। ਬਾਕੀ ਬਾਈ ਜੀ ਸਾਰਿਆਂ ਨੂੰ ਬੇਨਤੀ ਵੱਧੋ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਦੱਸਿਓ, ਤੁਸੀਂ ਮੇਰੇ ਨਾਲ ਹੀ ਆ, ਸਪੋਰਟ ਪੂਰੀ ਆ। ਇਹ ਮੈਂ ਧਮਕੀਆਂ ਦਿੰਦੀ ਪੁਲਿਸ ਕੋ ਚੁਕਾਊ, ਏਦਾਂ ਉੱਦਾਂ, ਜੈਸ ਜੈਸ ਲਿਖਿਓ। ਤੁਹਾਡਾ ਸਾਥ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ, ਇੱਕ ਹੌਸਲਾ ਹੀ ਹੋ ਜਾਂਦਾ ਵੀ ਭਾਈ ਆਪਣਾ ਭਾਈਚਾਰਾ ਮੇਰੇ ਨਾਲ ਆ, ਠੀਕ ਆ। ਜਸ ਜਸ ਵੱਧੋ ਵੱਧ ਲਿਖਿਓ ਕਮੈਂਟਾਂ 'ਚ, ਤੇ ਪੇਜਾਂ ਵਾਲੇ ਖਾਤਿਆਂ ਵਾਲੇ ਚੱਕ ਕੇ ਪਾ ਸਕਦੇ ਜੀ ਸਦਕੇ ਜਿੱਥੇ ਤੁਸੀਂ ਪਾਉਣੀ ਆ। ਕੋਈ ਰੋਕ ਟੋਕ ਨਹੀਂ, ਇਹ ਅਜੇ ਟ੍ਰੇਲਰ ਆ ਫਿਲਮ ਇਹਦੀ, ਕਾਫੀ ਮੈਂ ਕਿਸੇ ਤੇ ਡਿਪੈਂਡ ਨਹੀਂ ਹੁੰਦਾ। ਜਦੋਂ ਮੈਂ ਕੋਈ ਕੰਮ ਛੇੜਦਾ ਵੀ ਭਾਈ ਕੋਈ ਮੈਨੂੰ ਫੋਟੋਆਂ ਪ੍ਰੋਵਾਈਡ ਕਰੂਗਾ, ਕੋਈ ਕੁਛ ਕਰੂਗਾ, ਮੈਂ ਆਪਣੀਆਂ ਸਰਚਾਂ ਆਪਣੇ ਤੌਰ ਤੇ ਆ ਸਾਰਾ ਲੱਭਿਆ ਆ। ਕਟਵਾੜੀ ਦੀ 200-300 ਫੋਟੋ ਮੇਰੇ ਕੋਲ ਆ ਗਈ ਆ ਸਾਰੀ, ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਕੰਮਾਂ 'ਚ ਕਿੱਥੇ ਤੱਕ ਗਈ ਆ। ਤੇ shaadi.com ਤੇ ਜਿਹੜੀ ਤੂੰ ਮੇਰੇ ਪਿੰਡ ਦੇ ਮੁੰਡੇ ਨਾਲ 4 ਮਹੀਨੇ ਐਡਮਿੰਟਨ ਵਾਲੇ ਨਾਲ ਗੱਲਾਂ ਮਾਰਦੀ ਰਹੀ, ਤੇ ਜਿਹੜੇ ਬੰਦੇ ਨੇ ਤੈਨੂੰ ਕੈਨੇਡਾ ਲਿਆ ਕੇ ਛੱਡਿਆ ਆ ਉਹਦਾ ਅਕੀਲ ਤੂੰ ਹਾਲ ਕੀਤਾ। ਬਾਅਦ ਚੋਂ ਤੈਨੂੰ ਵੱਡੀ ਉਮਰ ਦਾ ਹੋ ਗਿਆ ਤੇ ਤੂੰ ਹੁਣ ਰਿਫਿਊਜੀ ਲਾ ਕੇ ਤੂੰ ਕਹਿੰਦੀ ਆ ਤੇ ਮੈਨੂੰ ਡਰ ਆ ਸਿੱਖਾਂ ਤੋਂ ਇੰਡੀਆ 'ਚ, ਤੇ ਤੈਨੂੰ PR ਤਾਂ ਹੋ ਜੂਗੀ ਪਰ ਤੇਰੇ ਸ਼ਤਰੌਲ ਜ਼ਰੂਰ ਫਿਰਨਾ। ਇੰਨਾ ਮੈਂ ਫੇਕ ਕਹਿਤਾ ਕੈਮਰੇ ਮੋਹਰੇ, ਜਿਹੜੀ ਮਰਜ਼ੀ ਪੁਲਿਸ ਕੋ ਚੱਲ ਜਾ, ਠੀਕ ਆ ਜੀ। ਵੱਧੋ ਵੱਧ ਵੀਡੀਓ ਸ਼ੇਅਰ ਕਰੋ, ਜੈਸ ਜੈਸ ਲਿਖਿਓ ਵੱਧੋ ਵੱਧ ਵੀ ਭਾਈ ਤੇਰੇ ਨਾਲ ਆ, ਹੋਰ ਕੁਛ ਨਹੀਂ ਚਾਹੀਦਾ, ਹੌਸਲਾ ਹੀ ਚਾਹੀਦਾ। ਆ ਭਰਾਵੋ ਜੇ ਮੈਂ ਆਪਣਾ ਮੋਬਾਈਲ ਦਿੰਦਾ ਹੁੰਦਾ ਵੀਡੀਓ 'ਚ ਕਾਲਾਂ ਹੀ ਨਾ ਕਰੀ ਜਾਇਆ ਕਰੋ, ਦੇਖਦੇ ਵੀ ਨਹੀਂ ਵੀ ਭਾਈ ਉੱਧਰ ਦੇਣਿਆ ਕਰਾ ਤਿਆ, ਮੈਂ ਹੁਣ ਬੋਲਿਆ ਕਾਲਾਂ ਹੀ ਕਰੀ ਜਾਂਦੇ। ਇੱਦਾਂ ਜੇ ਮੈਂ ਚੱਕਣਾ ਹੁੰਦਾ ਮੈਂ ਫੇਰ ਵੀ ਨਹੀਂ ਚੱਕਣਾ ਹੁੰਦਾ, ਐਵੇਂ 30-30 ਕਾਲਾਂ ਯਾਰ ਜੇ ਚੱਕਣਾ ਮੈਂ ਇੱਕ ਵਾਰੀ ਚੱਕ ਲੈਣਾ। ਸੋ ਜੇ ਕਿਸੇ ਨੂੰ ਕੰਮ ਕਿਸੇ ਕੋਲ ਕੋਈ ਜਾਣਕਾਰੀ ਹੈਗੀ ਜੋ ਵੀ ਮੈਸੇਜ ਕਰੋ, ਕਾਲਾਂ ਨਾ ਕਰਿਆ ਕਰੋ ਵੀਰ ਮੇਰੇ, ਠੀਕ ਆ। ਵੱਧੋ ਵੱਧ ਸ਼ੇਅਰ ਕਰਿਓ ਤੇ ਜੈਸ ਜੈਸ ਲਿਖਿਓ ਜੇ ਮੇਰੇ ਨਾਲ ਆ, ਤੁਹਾਡਾ ਹੌਸਲਾ ਹੀ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ। ਤੇ ਬਸ ਇੱਦਾਂ ਇਹਦੀ ਰੇਲ ਬਣਾ ਕੇ ਰੱਖਣੀ ਆ, ਠੀਕ ਆ। ਨੈਂਸੀ ਹਿੰਦੂ ਧਰਮ ਦੀ ਤੂੰ 100 ਵਾਰ ਬੱਲੇ ਬੱਲੇ ਕਰ, ਭੈਣ ਤੇ ਤੋਂ ਆਪਣੀ ਸਾਂਭੀ ਨਹੀਂ ਗਈ, ਸਿੱਖਾਂ ਨੂੰ ਮਾੜਾ ਨੈਗਾ, ਮੁੱਕਦੀ ਗੱਲ ਇਹ ਆ। ਜੈਸ ਜੈਸ ਲਿਖਿਓ ਤੇ ਸ਼ੇਅਰ ਕਰਿਓ ਤੇ ਫਿਰ ਇੱਕ ਵੀਡੀਓ ਇਹਦੀ ਹੋਰ ਆਊਗੀ। ਓਕੇ ਜੀ, ਲਿਖਿਓ ਜੈਸ ਜੈਸ, ਸ਼ੁਕਰੀਆ, ਸ਼ੇਅਰ ਵੀ ਕਰਿਓ।